ਜਿਹਦਾ ਕਾਰਨ ਉਹ ਕਰੋਨਾ ਵਾਲੇ ਹੀ ਆ। ਮੰਮੀ ਨੂੰ ਕਰੋਨਾ ਆਇਆ ਵੀ ਨਹੀਂ, ਪੋਜ਼ਿਟਿਵ ਆਇਆ ਵੀ ਨਹੀਂ, ਰਿਪੋਰਟ ਤਾਂ ਵੀ ਲੈ ਗਏ, ਕਿੱਟ ਵੀ ਲਿਆ ਕੇ ਦਿੱਤੀ ਘਰੇ ਉਹਨਾਂ ਨੂੰ, ਦੂਜੇ ਤੇ ਨਹੀਂ। ਉਹ ਫੇਲ ਲੈ ਗਏ 5 ਮਿੰਟ ਬਾਅਦ, ਤੇ ਮੁੰਡੇ ਨੇ ਇਹੀ ਗੰਭ ਬਿਠਾ ਲਿਆ ਵੀ ਮੇਰੀ ਮੰਮੀ ਨੇ ਨਹੀਂ ਆਣਾ, ਮੇਰੀ ਮੰਮੀ ਨੂੰ ਮਾਰ ਦੇਣਾ, ਮੇਰੀ ਮੰਮੀ ਨੂੰ ਸਭ ਕੁਝ ਕਰ ਲੈਣਾ ਇਹਨਾਂ ਨੇ, ਮੇਰੀ ਮੰਮੀ ਨੇ ਨਹੀਂ ਆਣਾ। ਮੁੰਡੇ ਨੇ ਇਸੇ ਕਰਕੇ ਅੰਦਰ ਗੰਭ 'ਚ ਲੈ ਕੇ ਖਾਹਾ ਲੈ ਲਿਆ। ਕਰਤਾ ਲੈ ਕੇ ਨਹੀਂ ਗਏ, ਫੋਨ ਕਰਤਾ ਕਿ ਉਹੀ ਐਂਬੂਲੈਂਸ ਫੇ ਆ ਗਈ, ਇੱਕ ਡਰਾਈਵਰ ਦੇ ਨਾਲ, ਕੋਈ ਡਾਕਟਰ ਨਹੀਂ ਆਂਦਾ, ਕੋਈ ਕੁਛ ਨਹੀਂ ਆਂਦਾ, ਨਾਲ ਕੋਈ ਦੱਸਦੇ ਨਹੀਂ। ਕਿਉਂਕਿ ਮੇਰੀ ਮਾਂ ਦਾ ਕੀ ਹਾਲ ਹੋਣਾ, ਜਿਹਨੂੰ ਪਤਾ ਨਹੀਂ, ਉਹਨੂੰ ਅਜੇ ਤੱਕ ਨਹੀਂ ਛੱਡਿਆ, ਉਹਨੂੰ ਅਜੇ ਤੱਕ ਨਹੀਂ ਪਤਾ, ਕਹਿੰਦੀ ਕਿੰਦੀ ਨਾਲ ਮੇਰੀ ਗੱਲ ਕਰਾ ਦਿਓ, ਕੁਲਵਿੰਦਰ ਨਾਲ ਮੇਰੀ ਗੱਲ ਕਰੋ, ਮੈਂ ਸਮਝਾ ਦਵਾਂ। ਮੈਂ ਕਿਹਾ ਮੰਮੀ ਉਹ ਠੀਕ ਨਹੀਂ ਹੈਗਾ, ਤੂੰ ਕਿੱਦਾਂ ਵੀ ਕਹਿ ਕੇ ਆ ਜਾ, ਉਹ ਬਿਮਾਰ ਆ। ਇਹਦਾ ਕਾਰਨ ਉਹ ਕਰੋਨਾ ਵਾਲੇ ਹੀ ਆ। ਮੰਮੀ ਨੂੰ ਕਰੋਨਾ ਆਇਆ ਵੀ ਨਹੀਂ, ਪੋਜ਼ਿਟਿਵ ਆਇਆ ਵੀ ਨਹੀਂ, ਰਿਪੋਰਟ ਤਾਂ ਵੀ ਲੈ ਗਏ, ਕਿੱਟ ਵੀ ਲਿਆ ਕੇ ਦੇ ਦਿੱਤੀ ਘਰੇ ਉਹਨਾਂ ਨੂੰ, ਦੂਜੇ ਤੇ ਨਹੀਂ। ਉਹ ਫੇਲ ਲੈ ਗਏ 5 ਮਿੰਟ ਬਾਅਦ, ਫੋਨ ਕਰਤਾ ਲੈ ਕੇ ਨਹੀਂ ਗਏ, ਫੋਨ ਕਰਤਾ ਕਿ ਉਹੀ ਐਂਬੂਲੈਂਸ ਫੇ ਆ ਗਈ, ਇੱਕ ਡਰਾਈਵਰ ਦੇ ਨਾਲ, ਕੋਈ ਡਾਕਟਰ ਨਹੀਂ ਆਂਦਾ, ਕੋਈ ਕੁਛ ਨਹੀਂ ਆਂਦਾ, ਨਾਲ ਕੋਈ ਦੱਸਦੇ ਨਹੀਂ। ਜੇ ਨਾ ਹੁੰਦੀ ਭਾਜੀ ਕੋਈ ਬਿਮਾਰੀ ਉਹਨਾਂ ਨੂੰ, ਹਨਾ, ਜੇ ਹੁੰਦੀ ਬਿਮਾਰੀ ਤਾਂ ਉਹਨਾਂ ਨੂੰ ਕਾਹਨੂੰ ਭੇਜਿਆ, ਹੈ ਨਹੀਂ ਸੀ ਬਿਮਾਰੀ ਤਾਂ ਹੀ ਆਈ ਕਰ। ਹਾਂਜੀ, ਬਾਹਰ ਕਿਸੇ ਨੇ ਦੱਸਤਾ, ਮੁੰਡੇ ਨੇ ਸਾਡੀ ਨੇ ਇਹੀ ਗੱਲ ਫੜ ਲਈ, ਮੇਰੀ ਮੰਮੀ ਨੇ ਨਹੀਂ ਆਣਾ, ਮੇਰੀ ਮੰਮੀ ਨੂੰ ਕੁਛ ਹੋ ਜਾਣਾ, ਮੇਰੀ ਮੰਮੀ ਨੂੰ ਇਹਨਾਂ ਨੇ ਮਾਰ ਦੇਣਾ, ਇਹਨਾਂ ਨੇ ਮੇਰੀ ਮੰਮੀ ਨੂੰ ਮਾਰ ਦੇਣਾ, ਇੱਕੋ ਹੀ ਗੱਲ ਕਹਿੰਦੇ। ਉਹਨਾਂ ਦੀ ਮੰਮੀ ਕਿੱਥੇ ਸੀਗੀ? ਸਾਡੀ ਮੰਮੀ ਨੂੰ ਲੈ ਗਏ ਸੀ ਦੁਆਰਾ ਫੇ। ਕੇਸੀ ਜੀ, ਆਪਣਾ? ਮੇਰਾ ਨਾਮ ਮੀਨਾਕਸ਼ੀ ਆ। ਹਾਂਜੀ, ਕੀ ਲੱਗਦਾ ਜੀ ਤੁਹਾਡਾ ਲੜਕਾ ਜਿਹਨੇ ਆਪਣਾ ਮੇਰਾ ਭਰਾ ਲੱਗਦਾ ਜੀ ਉਹ? ਹਾਂਜੀ, ਤੇ ਸਾਡੀ ਮੰਮੀ ਨੂੰ ਬਿਮਾਰੀ ਨਹੀਂ ਸੀ ਕਰੋਨਾ, ਤੇ ਇਸ ਕਰਕੇ ਸਾਡੀ ਮੰਮੀ ਨੂੰ ਕੋਈ ਬਿਮਾਰੀ ਨਹੀਂ, ਟੈਸਟ ਵੀ ਕਰਾਏ ਉਹਨਾਂ ਨੇ, ਟੈਸਟ ਵੀ ਨਾਰਮਲ ਆਏ ਆ, ਫਿਰ ਵੀ ਉਹਨਾਂ ਨੂੰ ਘਰ ਛੱਡ ਗਏ, ਕੱਲ ਛੱਡ ਕੇ ਗਏ, 5 ਮਿੰਟਾਂ 'ਚ ਵਾਪਸ ਆ ਕੇ ਫੇਰ ਲੈ ਗਏ ਉਹਨਾਂ ਨੂੰ ਘਰ ਛੱਡ ਕੇ, ਕਿ ਜੇ ਬਿਮਾਰੀ ਹੁੰਦੀ ਉਹਨਾਂ ਨੂੰ ਕਾਹਤੇ ਛੱਡਿਆ, ਮਹੱਲੇ 'ਚ ਕਾਹਤੇ ਆਣ ਦਿੱਤਾ, ਤੇ ਮੁੰਡੇ ਨੇ ਇਹੀ ਗੰਭ ਬਿਠਾ ਲਿਆ ਵੀ ਮੇਰੀ ਮੰਮੀ ਨੇ ਨਹੀਂ ਆਉਣਾ, ਮੇਰੀ ਮੰਮੀ ਨੂੰ ਮਾਰ ਦੇਣਾ, ਮੇਰੀ ਮੰਮੀ ਨੂੰ ਸਭ ਕੁਝ ਕਰ ਲੈਣਾ ਇਹਨਾਂ ਨੇ, ਮੇਰੀ ਮੰਮੀ ਨੇ ਨਹੀਂ ਆਉਣਾ। ਮੁੰਡੇ ਨੇ ਇਸੇ ਕਰਕੇ ਅੰਦਰ ਗੰਭ 'ਚ ਲੈ ਕੇ ਖਾਹਾ ਲੈ ਲਿਆ, ਤੇ ਸਾਡੇ ਮਕਾਨਾਂ ਦਾ ਹਾਲ ਦੇਖ ਲਓ ਤੁਸੀਂ ਕੀ ਆ, ਮੇਰੇ ਪੇਟ ਦੀਆਂ ਲੱਤਾਂ ਦੇਖੋ ਟੁੱਟੀਆਂ ਆ, ਮੇਰੇ ਭਰਾ ਦਾ ਹਾਲ ਦੇਖ ਲਓ, ਨਾਲ ਦੀ ਜਿਹੜੀ ਬਾਹਰ ਟੁੱਟ ਗਏ ਹੋਵੇ, ਮੇਰੀ ਮਾਂ ਦਾ ਕੀ ਹਾਲ ਹੋਣਾ, ਜਿਹਨੂੰ ਪਤਾ ਨਹੀਂ, ਉਹਨੂੰ ਅਜੇ ਤੱਕ ਨਹੀਂ ਛੱਡਿਆ, ਉਹਨੂੰ ਅਜੇ ਤੱਕ ਨਹੀਂ ਪਤਾ, ਕਹਿੰਦੀ ਕਿੰਦੀ ਨਾਲ ਮੇਰੀ ਗੱਲ ਕਰਾ ਦਿਓ, ਕੁਲਵਿੰਦਰ ਨਾਲ ਮੇਰੀ ਗੱਲ ਕਰੋ, ਮੈਂ ਸਮਝਾ ਦਵਾਂ। ਮੈਂ ਕਿਹਾ ਮੰਮੀ ਉਹ ਠੀਕ ਨਹੀਂ ਹੈਗਾ, ਤੂੰ ਕਿੱਦਾਂ ਵੀ ਕਹਿ ਕੇ ਆ ਜਾ, ਉਹ ਬਿਮਾਰ ਆ, ਕਹਿੰਦੀ ਮੇਰੀ ਗੱਲ ਕਰਾ ਦੇ ਉਹਦੇ ਨਾਲ, ਉਹਨੂੰ ਮੈਂ ਸਮਝਾਵਾਂ ਮੈਂ ਠੀਕ ਹਾਂ, ਮੈਂ ਆ ਜਾਣਾ, ਮੈਨੂੰ ਦੱਸਦੇ ਰੱਖਣਾ, ਮੈਨੂੰ ਛੱਡ ਦੇਣਾ ਇਹਨਾਂ ਨੇ, ਤੇ ਨਹੀਂ ਛੱਡਣਾ ਨਹੀਂ, ਉਹਨੂੰ ਮਾਰ ਦੇਣਾ। ਔਰ ਮੁੰਡੇ ਨੇ ਇਹੀ ਗੰਭ ਬਿਠਾਇਆ ਆਪਣੇ ਦਿਲ 'ਚ, ਇਹਨੂੰ ਛੱਡਣਾ ਨਹੀਂ ਹੈਗਾ, ਇਹਨੂੰ ਮਾਰ ਦੇਣਾ ਆ। ਤੁਸੀਂ ਕੀ ਪ੍ਰਸ਼ਾਸਨ ਤੋਂ ਮੰਗ ਕਰਦੇ ਜੀ? ਮੈਂ ਇਹੀ ਚਾਹੀਦੀ ਹੈ ਕਿ ਮੇਰੇ ਭਰਾ ਨੂੰ ਇਨਸਾਫ ਦੇਣ, ਮੇਰੇ ਭਰਾ ਨੇ ਇਹਨਾਂ ਦੀ ਖਾਤਰ ਇਹ ਸਭ ਕੁਝ ਹੋਇਆ, ਇਹਨਾਂ ਨੇ ਮੇਰੇ ਭਰਾ ਨੇ ਇਹਨਾਂ ਤੋਂ ਦੁਖੀ ਹੋ ਕੇ ਇਹ ਕੰਮ ਕੀਤਾ, ਮੇਰੀ ਮਾਂ ਨੂੰ ਕੋਈ ਬਿਮਾਰੀ ਨਹੀਂ ਸੀ, ਮੇਰੇ ਭਰਾ ਨੇ ਇਹਨਾਂ ਤੋਂ ਦੁਖੀ ਹੋ ਕੇ ਇਹ ਕੰਮ ਕੀਤਾ। ਇਸ ਪਰਿਵਾਰ ਦੇ ਕੋਲ ਜਿਨ੍ਹਾਂ ਦਾ ਕੱਲ੍ਹ 20 ਸਾਲ ਦਾ ਨੌਜਵਾਨ ਮੁੰਡਾ ਕੁਲਵਿੰਦਰ ਇਸ ਕਰੋਨਾ ਰੂਪੀ ਇਹ ਜਿਹੜਾ ਡਰਾਮਾ ਆ ਉਹਨੇ ਨਿਗਲ ਲਿਆ। ਸੋ ਮੈਂ ਡਰਾਮਾ ਇਸ ਕਰਕੇ ਕਹਿ ਰਿਹਾ ਜਿਸ ਤਰ੍ਹਾਂ ਸਾਡੀ ਭੈਣ ਨੇ ਹੁਣੇ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਦੀ ਮਾਤਾ ਦੀ ਰਿਪੋਰਟ ਨੋਰਮਲ ਆਉਣ ਤੋਂ ਬਾਅਦ 3 ਦਿਨ ਬਾਅਦ ਟੈਸਟ ਆਇਆ, ਰਿਪੋਰਟ ਨੋਰਮਲ ਆਈ, ਇਹ ਘਰ ਦੇ ਪਰਿਵਾਰ ਦੇ ਸਾਰੇ ਜੀ ਖੁਸ਼ ਸੀਗੇ, ਭੈਣ ਵੀ ਤਸੱਲੀ ਬਖਸ਼ ਸੀਗੀ ਆਪਣੇ ਸਹੁਰੇ ਪਰਿਵਾਰ ਦੇ ਵਿੱਚ ਕਿ ਸਾਡੀ ਮੰਮੀ ਦੀ ਰਿਪੋਰਟ ਨੋਰਮਲ ਆ ਗਈ। ਪਰ ਉਸ ਤੋਂ ਬਾਅਦ ਉਹਦੀ ਮਾਤਾ ਨੂੰ ਦੁਬਾਰਾ ਕੁਆਰੰਟਾਈਨ ਕਰਨ ਲਈ ਕੇਸੀ ਸਕੂਲ ਲੈ ਗਏ। ਉਸ ਤੋਂ ਬਾਅਦ ਕੱਲ੍ਹ ਫਿਰ ਉਹ ਕਹਿੰਦੇ ਜੀ ਘਰੇ ਦੁਬਾਰਾ ਛੱਡ ਜਾਣੀ, ਮਾਤਾ ਨੂੰ ਘਰੇ ਛੱਡ ਗਏ। ਘਰੇ ਛੱਡਣ ਤੋਂ ਬਾਅਦ ਦੁਬਾਰਾ ਫਿਰ ਅੱਧੇ ਪੌਣੇ ਘੰਟੇ ਬਾਅਦ ਸਿਹਤ ਵਿਭਾਗ ਦੀ ਟੀਮ ਆ ਜਾਂਦੀ ਹੈ ਕਿ ਮਾਤਾ ਜੀ ਨਹੀਂ, ਤੁਹਾਨੂੰ ਦੁਬਾਰਾ ਹੀ ਲੈ ਕੇ ਜਾਣਾ। ਉਸ ਟਾਈਮ ਇਹਨਾਂ ਦਾ ਜਿਹੜਾ ਮਾਤਾ ਦਾ ਛੋਟਾ ਮੁੰਡਾ ਕੁਲਵਿੰਦਰ ਜਿਹਦੀ ਉਮਰ 20 ਸਾਲ ਸੀਗੀ, ਉਹ ਸਿਹਤ ਵਿਭਾਗ ਦੀ ਟੀਮ ਨਾਲ ਬੈਂਸਿਆ, ਲੜਿਆ, ਰੋਇਆ, ਪਿੱਟਿਆ, ਮਿੰਨਤਾਂ ਤਰਲੇ ਕੀਤੀਆਂ ਵੀ ਮੇਰੀ ਮਾਂ ਨੂੰ ਨਾ ਲੈ ਕੇ ਜਾਓ, ਕਿਉਂਕਿ ਮੈਂ ਸੋਸ਼ਲ ਮੀਡੀਆ 'ਤੇ ਦੇਖਿਆ ਕਿ ਤੁਸੀਂ ਅੰਗ ਕੱਢ ਲੈਂਦੇ ਹੋ, ਤੁਸੀਂ ਕਿਡਨੀਆਂ ਕੱਢ ਕੇ ਵੇਚ ਦਿੰਦੇ ਹੋ, ਇੱਥੇ ਤੱਕ ਮੁੰਡੇ ਨੇ ਕਿਹਾ। ਉਹਨੇ ਬੜੇ ਤਰਲੇ ਮਿੰਨਤਾਂ ਵਾਸਤੇ ਪਾਏ ਕਿ ਮੈਨੂੰ ਪਤਾ ਤੁਸੀਂ ਮੇਰੀ ਮਾਂ ਨੂੰ ਲੈ ਚੱਲੇ ਹੋ, ਇਹਨੇ ਮੁੜ ਕੇ ਜੀਂਦੀ ਨੇ ਨਹੀਂ ਆਉਣਾ। ਅੱਜ ਪੰਜਾਬ ਇਸ ਕਰਪਟ ਲੋਟੂ ਅਤੇ ਘਟੀਆ ਰਾਜੇ ਨੇ ਕਿੱਥੇ ਲਿਆ ਕੇ ਪੰਜਾਬ ਨੂੰ ਖੜ੍ਹੇ ਕਰ ਦਿੱਤਾ। ਅੱਜ ਪੰਜਾਬ ਦੇ ਲੋਕ ਤਰ੍ਹਾਂ ਤਰ੍ਹਾਂ ਕਰਕੇ ਮਰ ਰਹੇ ਨੇ। ਆਹ ਜਿਹੜਾ ਸਾਡਾ ਵੀਰ ਨੌਜਵਾਨ 20 ਸਾਲ ਦਾ
कुलविंदर इस महल्ले रविदास महल्ले तो ये खुदकुशी की है। मैं इनू खुदकुशी नहीं कहूँगा, इनू मैं सरकारी कतल कहूँगा, क्योंकि जे सेहत विभाग की टीम जबरदस्ती उहदी माता नूं ना लैके जांदी ता वो वीरराज परिवार के हसदा खेड़दा होना सी। जदों वो जबरदस्ती सेहत विभाग वाले उहदी माता नूं लैके गए, उस तो बाद इन्ना डिप्रैशन के चला गया कि घरे उन्हें गार्डर के नाल तार पा के फराहा ले लिया। सब तो होर भी इस तो ज़्यादा दुखदाई की गल, एक तो जो नौजवान पोते इस परिवार के बिचों गया, दूजा उहदी माता हजे भी क्वारंटाइन है और उन्हूं हजे तक पता नहीं कि मेरे घर मेरे पुत की लाश पई आ। आपां देख रहे हैं रोज अरिंदरा होस्पिटल दे विच की हो रहा। जाफरपुर के केयर सिंह जी सरपंच और पिंड मुबारकपुर तो साढ़े वीर कुलदीप सिंह ना जो होया वो हाल असी मतलब सारा अखी देख के आए हैं। उत्थे राजेंद्रा होस्पिटल दे विच इंसानियत दा शरिया इन्हां नूं उत्थे रखना चाहिए, ये शमशान घाट 'च रखे। असीं प्रशासन तो पंजाब सरकार तो मंग करते हैं कि जिहड़े दोषी आ हैल्थ डिपार्टमेंट होवे कोई होवे उन्हां नूं सज़ा मिलनी चाहिए आ। तो बच्चे पंजाब सरकार कैप्टन अपील आ कि 20 लाख रुपया उन्होंने मुआवजा दिता भी जय भीम जय भारत जय रविदास। अज मंदभागी जी इतने घटना वापरी है, पूरा मामला की सी? साडी मम्मी किसी के घर काम करती सी, लोगों के घर काम करके टाइम पास करती सी अपना, तो उन्होंने मुंडे को कुछ निकलिया कहते कि हैगा आ तो है नहीं आ। तो वह किसी ने कहता भी इन्हों टेस्ट कराओ, ये भी ये इन्होंने घर काम कर दी इन्हों भी टेस्ट कराओ। तो मम्मी ने मतलब आप ही टेस्ट करा लिया, मम्मी ने आप टेस्ट कराया, 3 दिन बाद रिपोर्ट आई नॉर्मल आई आ। हूँ मैं भी फोन से मम्मी की भी रिकॉर्डिंग आ, वह भी यही कहती है भी मेरी रिपोर्ट नॉर्मल आ, मैनू कोई प्रॉब्लम नहीं हैगी। तो उस बाद कल परसों मेरी मम्मी नूं लै गए, दोपहर नूं लै गए, तो कल फिर एक दिन मेरी मम्मी उत्थे रही पूरे दिन। तो कल फिर मेरी मम्मी दोपहरे छड़ के गए 2 बजे नूं छड़ के, तो मेरी मम्मी सिर्फ 10-15 मिनट रही आ। तो मेरा छोटा भरा कुलविंदर, तो वह मेरा भरा उसकी बांह फड़दा रोंदा सी बहुत कि मेरी मम्मी नूं ना लैके जाओ, इन्हूं कोई प्रॉब्लम नहीं, इन्हूं कोई बीमारी नहीं हैगी कि मेरी मम्मी नूं ना लैके जाओ तुसीं। पर उन्होंने एक भी नहीं सुनी, मुंडे की भी नहीं सुनी, तो मुंडा बहुत रोंदा सी उन्होंने सामने भी कि मेरी मम्मी नूं ना लैके जाओ, पर वो लै गए मेरी मम्मी नूं। वो मेरे नाल गल कीती उस मुंडे ने, मेरे भरा ने, कि लाडी इदा इदा अपनी मम्मी नूं लै गए, मेरी मम्मी ने नहीं बचना भी, मेरी मम्मी नूं टीके ला खिला मार देना, मेरी मम्मी ना किडनियां कर लैनियां, मेरी मम्मी ने आह कर लेना वो कर लेना। मैं उन्होंने यही समझाया कहिंदी कुछ नहीं होना, मम्मी नूं आ जाना, मम्मी ने नहीं लाडी नहीं आना, मम्मी ने टीका ला लेना, मम्मी ने उन्होंने छड़ना नहीं, मम्मी ने बीमारी भी नहीं, वो ताम ही लै गए आ। इस करके उन्हें अपना पा के गार्डन उन्हें पा लै लिया। मेरे भरा ने 20 साल का मेरा वीरा सी उन्हें चल गया जग तो, सिर्फ उन्होंने वजह ना, सिर्फ उन्हीं की वजह ना मेरा भरा 20 साल का चल गया जग तो। उस तो बाद घर ने देखा कि गुंडे करने लाए से उन्हें, उस तो बाद लाया मर गया जी पूरी तरह। उस सह एक भी नहीं वजह, मेरी माँ को अजे तक नहीं पता है कि मेरा पुत जान च है नहीं आ, मेरी माँ को कुछ भी नहीं पता कि मेरा पुत है नहीं इस दुनिया च। वो सानू फोन असी जो करते कहती कराओ किंदी ने गल, किंदी नूं मैं समझानी आ। मैं क्या मम्मी वो कहता कि है ना मैं ज़्यादा टेंशन ली हूँ, मेरी मम्मी ना मम्मी आ जाए घर नूं, मैं अपनी मम्मी नूं यही गल कहती, मम्मी कहती नहीं गल करा ठीक आ, मैनू कुछ भी नहीं होया, मैं आ जाना आ, मैं ठीक हाँ, मैंने कोई भी नहीं खंघ कुछ भी नहीं है। फिर ता भी लैके गए उन्होंने कुछ भी नहीं।